ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਨਮਸਤੇ। ਇੱਕ ਰਿਕੁਐਸਟ ਕਰਨੀ ਸੀ ਆਪਣੇ ਸੁਣ ਲਿਆ ਨੂੰ, ਪੰਜਾਬੀ ਦਰਬਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਜੋ ਵੀ ਵੀਡੀਓ ਅਪਲੋਡ ਕਰਾਂ ਤੁਹਾਡੇ ਤੱਕ ਪਹੁੰਚ ਜਾਣ, ਅਤੇ ਨਾਲ ਬੈੱਲ ਆਈਕੋਨ ਨੂੰ ਪ੍ਰੈਸ ਕਰਨਾ, ਅਤੇ ਬੈੱਲ ਆਈਕੋਨ ਨੂੰ ਪ੍ਰੈਸ ਕਰੋਗੇ ਤਾਂ ਵੀਡੀਓ ਦੇ ਲਾਈਵ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਣਗੇ। ਅਤੇ ਇਹ ਲੋਕ ਖੇਡਾਂ ਪਾਰਟ 4 ਅੱਜ ਮੈਂ ਰਿਕਾਰਡ ਕਰ ਰਿਹਾ ਹਾਂ, ਅਤੇ ਪੁਗਾਈ ਖੇਡ ਵਿੱਚ ਹਾਣੀ ਜਾਂ ਜੋਟੀ ਬਣਨ ਲਈ ਕਈ ਤਰੀਕੇ ਵਰਤੇ ਜਾਂਦੇ ਨੇ। ਇੱਥੇ ਅਸੀਂ ਟੋਲੀਆਂ ਵਿੱਚ ਉਡੀਚਣ ਜਾਂ ਜੋਟੀ ਮਿਥਣ ਦੇ ਕੁਝ ਇੱਕ ਤਰੀਕੇ ਬਿਆਨ ਕਰ ਰਹੇ ਹਾਂ। ਪੁੱਗਣਾ, ਲੁਕਣ ਮਿਟੀ ਕਿਸਮ ਦੀਆਂ ਖੇਡਾਂ ਲਈ ਪੁੱਗਣ ਜਾਂ ਪੁਗਾਈ ਦਾ ਤਰੀਕਾ ਵਰਤਿਆ ਜਾਂਦਾ ਹੈ। ਇਹੋ ਜਿਹੀਆਂ ਖੇਡਾਂ ਵਿੱਚ ਪਾਤੀ ਜਾਂ ਮਿਟੀ ਕਿਸੇ ਉਸ ਜਣੇ ਦੇ ਸਾਰ ਆਉਂਦੀ ਹੈ ਜਿਹੜਾ ਪੁੱਗਣੋਂ ਰਹਿ ਜਾਵੇ। ਪੁੱਗਣ ਦੀਆਂ ਕੁਛ ਵੰਗੀਆਂ ਵੇਖੋ, ਤਿੰਨ ਤਿੰਨ ਖਿਡਾਰੀ ਇੱਕ ਦੂਜੇ ਦੇ ਹੱਥ ਫੜ ਕੇ ਇੱਕ ਦਾਇਰੇ ਵਿੱਚ ਖਲੋ ਜਾਂਦੇ ਨੇ, ਫਿਰ ਬਾਹਾਂ ਨੂੰ ਝਟਕਾਰ ਕੇ ਆਪਣੇ ਆਪਣੇ ਹੱਥ ਛਡਾ ਕੇ ਸੱਜੇ ਹੱਥ ਖੱਬੀਆਂ ਤਲੀਆਂ ਉੱਤੇ ਰੱਖ ਲੈਂਦੇ ਨੇ। ਜੇ ਇੱਕ ਜਣੇ ਦੀ ਸੱਜੀ ਤਲੀ ਸਿੱਧੀ ਹੋਵੇ ਤੇ ਬਾਕੀ ਦੋਵਾਂ ਤਲੀਆਂ ਪੁੱਠੀਆਂ ਹੋਣ ਤਾਂ ਸਿੱਧੀ ਤਲੀ ਵਾਲਾ ਪੁੱਗ ਜਾਂਦਾ ਹੈ। ਇੱਕ ਦੇ ਪੁੱਗ ਜਾਣ ਮਗਰੋਂ ਪਹਿਲੇ ਦੋ ਖਿਡਾਰੀਆਂ ਨਾਲ ਇੱਕ ਹੋਰ ਜਣਾ ਸ਼ਾਮਿਲ ਹੋ ਜਾਂਦਾ ਹੈ, ਤੇ ਫਿਰ ਤਿੰਨੇ ਉਵੇਂ ਹੀ ਕਰਦੇ ਨੇ। ਅਖੀਰ ਵੀ ਜਿਹੜਾ ਖਿਡਾਰੀ ਪੁੱਗਣੋਂ ਰਹਿ ਜਾਵੇ ਉਹਦੇ ਸਿਰ ਮਿੱਟੀ ਆ ਜਾਂਦੀ ਹੈ। ਕਈ ਵਾਰੀ ਇਦਾਰੇ ਵਿੱਚ ਤਿੰਨਾਂ ਦੀ ਥਾਂ ਸਾਰੇ ਖਿਡਾਰੀ ਹੱਥ ਝਟਕਣ ਦਾ ਅਮਲ ਕਰਦੇ ਨੇ। ਜੇ ਸਿੱਧੀਆਂ ਤਲੀਆਂ ਵਾਲੇ ਬਾਬਲੇ ਹੋਣ ਤਾਂ ਉਹ ਪੁੱਗ ਜਾਂਦੇ ਨੇ। ਅਖੀਰ ਵਿੱਚ ਜਿਹੜਾ ਨਾ ਪੁੱਗ ਸਕੇ ਉਹਦੇ ਸਿਰ ਪਾਤੀ ਆਉਂਦੀ ਹੈ। ਜਦੋਂ ਸਾਰੇ ਖਿਡਾਰੀਆਂ ਦੇ ਹੱਥ ਇੱਕੋ ਜਿਹੇ ਸਿੱਧੇ ਜਾਂ ਪੁੱਠੇ ਹੋਣ ਤਾਂ ਆਉਂਦੇ ਨੇ ਇੱਕੋ ਦਾਵੜ, ਤੇ ਪੁੱਗਣ ਲਈ ਸਾਰੇ ਜਣੇ ਦੁਬਾਰਾ ਪਹਿਲੇ ਵਾਲਾ ਅਮਲ ਕਰਦੇ ਨੇ। ਬੇ ਪਾਣੀ ਦੀਆਂ ਖੇਡਾਂ ਖਾਸ ਕਰਕੇ ਤੋਲਾ ਤਾਲੀ ਵਿੱਚ ਇਹੋ ਜਿਹੇ ਤਰੀਕੇ ਵਰਤਦੇ ਨੇ। ਇੱਕ ਖਿਡਾਰੀ ਪਾਣੀ ਦੇ ਉੱਤੇ ਆਪਣੀਆਂ ਅਰਕਾਂ ਨੂੰ ਖਿਲਾਰ ਕੇ ਦੋਵਾਂ ਹੱਥਾਂ ਨੂੰ ਜੋੜ ਕੇ ਇੱਕ ਘੇਰਾ ਬਣਾ ਲੈਂਦਾ ਹੈ, ਤੇ ਫਿਰ ਸਾਰੇ ਖਿਡਾਰੀ ਵਾਰੀ ਵਾਰੀ ਉਸ ਘੇਰੇ ਵਿਚਲੇ ਪਾਣੀ ਉੱਤੇ ਚੁਟਕੀ ਮਾਰਦੇ ਨੇ। ਜਿਹਦੀ ਚੁਟਕੀ ਦੀ ਆਵਾਜ਼ ਆ ਜਾਵੇ ਉਹ ਪੁੱਗ ਜਾਂਦਾ ਹੈ, ਜਿਹਦੀ ਚੁਟਕੀ ਦੀ ਆਵਾਜ਼ ਨਾ ਆਵੇ ਉਹ ਦੋਹਰੀ ਵਾਰ ਚੁਟਕੀ ਮਾਰਦਾ ਹੈ। ਇਹ ਤਰੀਕਾ ਵਾਰ ਵਾਰ ਦੁਹਰਾਇਆ ਜਾਂਦਾ ਹੈ। ਅਖੀਰ ਵਿੱਚ ਜਦੋਂ ਸਿਰਫ ਇੱਕ ਅਜਿਹਾ ਖਿਲਾੜੀ ਰਹਿ ਜਾਂਦਾ ਹੈ ਜਿਹਦੀ ਚੁਟਕੀ ਦੀ ਆਵਾਜ਼ ਨਹੀਂ ਆਉਂਦੀ ਤਾਂ ਉਹਦੇ ਸਿਰ ਪਾਤੀ ਆ ਜਾਂਦੀ ਹੈ। ਦਾਲ, ਇਸ ਤਰੀਕੇ ਵਿੱਚ ਪੁੱਗਣ ਵਾਲੇ ਨੂੰ ਤੋਲਾ ਤੇ ਅਨਪੁੱਗੇ ਨੂੰ ਤੋਲੀ ਆਉਂਦੇ ਨੇ। ਜਿਵੇਂ ਕੁਝ ਖੇਡਾਂ ਵਿੱਚ ਪੁੱਗਣ ਲਈ ਬੋਲਾਂ ਤੋਂ ਕੰਮ ਲਿਆ ਜਾਂਦਾ ਹੈ। ਖੇਡ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਖਿਡਾਰੀ ਇੱਕ ਦਾਇਰੇ ਵਿੱਚ ਖਲੋ ਜਾਂਦੇ ਨੇ। ਉਹਨਾਂ ਵਿੱਚੋਂ ਇੱਕ ਜਣਾ ਹਰ ਇੱਕ ਦੀ ਇੱਕ ਤੇ ਹੱਥ ਲਾ ਲਾ ਕੇ ਜਾਂ ਹਰ ਇੱਕ ਵੇਲੇ ਇਸ਼ਾਰਾ ਕਰਕੇ ਕੁਝ ਬੋਲ ਬੋਲਦਾ ਹੈ। ਜਿਹੜੇ ਖਿਡਾਰੀ ਉੱਤੇ ਆ ਕੇ ਬੋਲ ਮੁੱਕ ਜਾਣ ਉਹ ਪੁੱਗ ਜਾਂਦਾ ਹੈ। ਜਦੋਂ ਸਿਰਫ ਇੱਕ ਖਿਡਾਰੀ ਪੁੱਗਣੋਂ ਰਹਿ ਜਾਏ ਤਾਂ ਮਿੱਟੀ ਉਹਦੇ ਸਿਰ ਆ ਜਾਂਦੀ ਹੈ। ਪੁਗਾਈ ਦੇ ਕੁਝ ਬੋਲ ਇੰਜ ਨੇ, ਅੱਕੜ ਉੱਕੜ ਦੁੱਕੜ ਭੰਬਾ ਪੋ, ਅੱਸੀ ਨੱਬੇ ਪੂਰਾ ਸੌ, ਸੌ ਗਲੋਟਾ ਤਿੱਤਰ ਮੋਟਾ, ਚੱਲ ਮਦਾਰੀ ਪੈਸਾ ਖੋਟਾ, ਓ ਓ ਅੰਗ ਬੜੰਗ, ਬਾਜੀ ਪੋਜੀ ਚਰਖਾ ਚੂੰ ਚਾਂ ਚੜਕ, ਓ ਓ ਅੰਗ ਬੜੰਗ, ਟੀਪੂ ਟੰਗ ਹਾਜੀ ਪੂਜੀ ਚਰਖਾ ਚੂੰ ਪਚੱਕ, ਡੱਡੇ ਡੂਰ ਕੈਸੀ ਮੁੰਦਰੀ ਕੈਸੇ ਚੋਰ, ਚੋਰ ਪੀਤਾ ਤੰਬਾਕੂ ਕੋਈ ਹਾਕੂ ਕੋਈ ਡਾਕੂ, ਅੰਗ ਬੜੰਗ ਟੇਪੂ ਟੰਗ ਬਾਜੀ ਪੂਜੀ ਚਰਖਾ ਚੂੰ ਚਾਂ ਚਬੱਕ, ਚਬੱਕ ਦੀ ਡੋਰ ਕੈਸੀ ਮੁੰਦਰੀ ਕੈਸੇ ਚੋਰ, ਚੋਰ ਦਾ ਲੰਗੋਟਾ ਤਿੱਤਰ ਮੋਟਾ, ਚੱਲ ਮਦਾਰੀ
ਪੈਸਾ ਖੋਟਾ। ਕਈ ਬਾਲਕ ਚੱਲ ਮਦਾਰੀ ਪੈਸਾ ਖੋਟਾ ਤੋਂ ਅੱਗੇ ਇਹ ਬੋਲ ਵੀ ਬੋਲਦੇ ਨੇ, ਖੋਟੇ ਦੀ ਖਟਿਆਈ ਆਈ ਨਵੀਂ ਨਵੀਂ ਭਰਜਾਈ ਆਈ, ਤੇ ਇੰਜ ਇਹ ਬੋਲ ਅੱਗੇ ਚੱਲ ਕੇ ਲੋਕ ਗੀਤ ਵਿੱਚ ਬਦਲ ਜਾਂਦੇ ਨੇ। ਉਹਨੇ ਲਾਲ ਸੁੱਥਣ ਪਾਈ, ਉਹਨੇ ਬੇਬੇ ਨੂੰ ਵਿਖਾਈ, ਉਹਨੇ ਢੋਲਕੀ ਵਜਾਈ, ਉਹਨੇ ਬੈਂਸਰੀ ਵਜਾਈ, ਉਹਨੇ ਦਾਦੇ ਨੂੰ ਵਿਖਾਈ, ਉਹਨੇ ਇੱਕ ਚਪੇੜ ਲਾਈ। ਐਂਗਣ ਮਹਿੰਗਣ ਤਲੀ ਤਲੈਂਗਣ ਸਾਵਾ ਪੀਲਾ ਡੱਕਰਾ ਗੁੜ ਖਾਵਾਂ ਵੇਲ ਵਧਾਵਾਂ ਮੂਲੀ ਪੱਤਰਾ ਅੰਬਾਂ ਵਾਲੇ ਘੋੜੇ ਆਏ ਹੱਥ ਕਟਾਰੀ ਹੇਠ ਕਟਾਰੀ ਉੱਤੇ ਕਟਾਰੀ ਨਿਕਲ ਬਾਲਾ ਤੇਰੀ ਵਾਰੀ। ਐਂਗਣ ਮਹਿੰਗਣ ਤਲੀ ਤਲੈਂਗਣ ਸਾਵਾ ਪੀਲਾ ਡੱਕਰਾ ਗੁੜ ਖਾਵਾਂ ਵੇਲ ਵਧਾਵਾਂ ਮੂਲੀ ਮਾਰਿਆ ਪੱਤਰਾ ਮੂਲੀ ਗਈ ਲਾਹੌਰ ਉੱਥੋਂ ਲਿਆਂਦਾ ਤਿੱਤਰ ਮੋਰ ਤਿੱਤਰ ਮੋਰ ਦੀ ਹੋਈ ਲੜਾਈ ਚਾਮ ਚਿੱਠ ਛਡਾਵਣ ਆਈ ਚਾਮ ਚਿੱਠ ਦੇ ਸਿਰ ਵਿੱਚ ਡੰਡਾ ਬਾਹਰ ਨਿਕਲ ਰਾਮ ਚੰਦਾ। ਐਂਗਣ ਮਹਿੰਗਣ ਤਲੀ ਤਲੈਂਗਣ ਸਾਵਾ ਪੀੜਾ ਡੱਕਰਾ ਗੁੜ ਖਾਵਾਂ ਵੇਲ ਵਧਾਵਾਂ ਮੂਲੀ ਮਾਰਿਆ ਪੱਤਰਾ ਪੱਤਰੇ ਹੇਠ ਜੰਜ ਖਲੋਤੀ ਜੰਜ ਨੇ ਪੁੱਛਿਆ ਕਿਹੜਾ ਰਾਹ ਭੈਣ ਦੀ ਢੋਲਕੀ ਵੀਰ ਦਾ ਵਿਆਹ ਛੂ ਛੜਕ ਸਾਵਾ ਪੀਲਾ ਡੱਕਰਾ ਗੁੜ ਖਾਵਾਂ ਵੇਲ ਵਧਾਵਾਂ ਹੇਠ ਡੰਡਾ ਉੱਤੇ ਡੰਡਾ ਨਿਕਲ ਵੇ ਤੂੰ ਰਾਮ ਚੰਦਾ। ਮਿਠੋ ਮਟਾਰ ਛੋਲੀਆਂ ਦੀ ਛੋਲਿਆਂ ਦੀ ਦਾਲ ਭੱਜ ਗਈ ਚੱਪਣੀ ਰੁੜ ਗਈ ਦਾਲ ਅੜਾ ਬੜਾ ਲੂਣ ਕਾ ਡਰਾ ਸਿਲਕੀ ਚਾਦਰ ਤੁਰਲਾ ਖੜਾ। ਇਹ ਹੁਣ ਜਨਾਬ ਡਿੱਕਣਾ, ਇਹ ਵੀ ਇੱਕ ਖੇਡ ਦਾ ਨਾਂ ਹੈ, ਸਾਡੀ ਪੰਜਾਬ ਦੀ ਲੋਕ ਖੇਡ ਹੈ ਡਿੱਕਣਾ। ਕੌਡੀ ਵੰਝ ਵੜਕਾ ਜਾਂ ਘੋੜੀ ਕੜਮਸ ਕਿਸਮ ਦੀਆਂ ਖੇਡਾਂ ਵਿੱਚ ਦੋ ਟੋਲੀਆਂ ਵੰਡੀਚਣ ਲਈ ਡਿੱਕਣ ਦਾ ਤਰੀਕਾ ਵਰਤਿੰਦਾ ਹੈ। ਦੋ ਖਿਡਾਰੀ ਜਿਨ੍ਹਾਂ ਨੇ ਦੋਵਾਂ ਟੋਲੀਆਂ ਦੇ ਸਰਦਾਰ ਬਣਨਾ ਹੁੰਦਾ ਹੈ ਕਿਸੇ ਇੱਕ ਥਾਂ ਤੇ ਬਹਿ ਜਾਂਦੇ ਨੇ, ਬਾਕੀ ਸਾਰੇ ਖਿਡਾਰੀ ਦੋ ਦੋ ਜਣੇ ਹੋ ਕੇ ਆਪਣੇ ਵੱਖੋ ਵੱਖਰੇ ਫਰਜ਼ੀ ਨਾਂ ਰੱਖ ਕੇ ਸਰਦਾਰਾਂ ਦੇ ਕੋਲ ਆ ਕੇ ਆਉਂਦੇ ਨੇ ਡਿੱਕ ਡਿੱਕ ਡੂ ਡੂ ਡਿਕਮ ਡਿਕਮ ਡੂ ਡੂ ਤੇ ਸਰਦਾਰ ਅੱਗੋਂ ਫਟਕਾਰਦੇ ਨੇ ਫਿਟੇ ਮੂੰਹ। ਹੁਣ ਇੱਕ ਜਣਾ ਉਹਨਾਂ ਨੂੰ ਦੋਵੇਂ ਨਾਂ ਦੱਸਦਾ ਹੈ, ਸਰਦਾਰ ਵਿੱਚੋਂ ਇੱਕ ਸਰਦਾਰ ਜਿਹੜਾ ਨਾਂ ਕਬੂਲ ਲਵੇ ਉਸ ਨਾਂ ਦਾ ਖਿਡਾਰੀ ਉਹਦੀ ਟੋਲੀ ਵਿੱਚ ਸ਼ਾਮਲ ਹੋ ਜਾਂਦਾ ਹੈ। ਸਾਰੇ ਖਿਡਾਰੀ ਵਾਰੀ ਵਾਰੀ ਇਹੋ ਅਮਲ ਕਰਦੇ ਨੇ, ਇੱਕ ਵਾਰੀ ਇੱਕ ਸਰਦਾਰ ਨਾਂ ਕਬੂਲ ਕਰਦਾ ਹੈ ਤੇ ਦੂਜੀ ਵਾਰੀ ਦੂਜਾ। ਇਸ ਤਰੀਕੇ ਨੂੰ ਡਿੱਕਣਾ ਆਉਂਦੇ ਨੇ। ਡਿੱਕਣ ਲਈ ਜਿਹੜੇ ਨਾਂ ਵਰਤੇ ਜਾਂਦੇ ਨੇ ਉਹ ਆਮ ਤੌਰ 'ਤੇ ਜਨਾਦਰਾਂ ਡੰਗਰਾਂ ਜਾਂ ਚੀਜ਼ਾਂ ਦੇ ਹੁੰਦੇ ਨੇ ਤੇ ਇਹ ਮੁਖਤਲਿਫ ਤੁੱਕਾਂ ਜਾਂ ਬੋਲਾਂ ਵਿੱਚ ਬਿਆਨ ਕੀਤੇ ਜਾਂਦੇ ਨੇ। ਕੁਝ ਨਮੂਨੇ ਵੇਖੋ, ਕੁਰਸੀ ਤੇ ਕਿਤਾਬ ਕੋਈ ਲੇ ਮੇਮ ਕੋਈ ਲੇ ਸਾਹਿਬ ਸਾਹਿਬ ਨੇ ਮਾਰਿਆ ਤੀਰ ਕੋਈ ਲੇ ਰਾਂਝਾ ਕੋਈ ਲੇ ਹੀਰ ਸਾਹਿਬ ਨੇ ਮਾਰਿਆ ਪੱਦ ਕੋਈ ਲੇ ਛਾਨਣੀ ਕੋਈ ਲੇ ਛੱਜ ਚੁਬਾਰੇ ਤੇ ਚੁਬਾਰਾ ਕੋਈ ਲੇ ਚੰਨ ਕੋਈ ਲੇ ਤਾਰਾ ਕੋਠੇ ਤੇ ਤੀਰ ਕੋਈ ਲੇ ਬਾਦਸ਼ਾਹ ਕੋਈ ਲੇ ਵਜ਼ੀਰ ਤਖਤੀ ਤੇ ਤਖਤੀ ਤਖਤੀ ਤੇ ਦੁਆਤ ਕੋਈ ਲੇ ਦਿਨ ਕੋਈ ਲੇ ਰਾਤ ਠੀਕਰੀ ਤੇ ਠੀਕਰੀ ਠੀਕਰੀ ਤੇ ਰੋੜ ਕੋਈ ਲੇ ਭਾਬੀ ਕੋਈ ਲੇ ਦਿਓਰ ਚਰਖੀ ਤੇ ਚਰਖੀ ਕੋਈ ਲੇ ਲੱਡੂ ਕੋਈ ਲੇ ਬਰਫੀ ਕੋਠੇ ਤੇ ਕੋਠਾ ਕੋਠੇ ਤੇ ਕਾਂ ਕੋਈ ਲਵੇ ਮੱਝ ਕੋਈ ਲਵੇ ਗਾਂ ਖੂਹ ਵਿੱਚ ਮਾਰੀ ਪਾਥੀ ਕੋਈ ਲੇ ਸ਼ੇਰ ਕੋਈ ਲੇ ਹਾਥੀ ਡਿੱਕਮ ਡਿੱਕਮ ਡੂ ਡੂ ਜਿਵੇਂ ਤੁਹਾਡਾ ਮਾਂ ਪਿਓ ਕੋਈ ਲੇ ਮੱਖਣੀ ਕੋਈ ਲੇ ਘਿਓ ਖੂਹ ਵਿੱਚ ਮਾਰੀ ਢੇਮ ਕੋਈ ਲੇ ਸਾਹਿਬ ਕੋਈ ਲੇ ਮੇਮ ਸੋਟੀ ਤੇ ਸੋਟੀ ਕੋਈ ਲਵੇ ਗੰਢਾ ਕੋਈ ਲਵੇ ਰੋਟੀ ਕੋਠੇ ਤੇ ਛਾਬੀ ਕੋਈ ਲਵੇ ਸੁੰਨੀ ਕੋਈ ਲਵੇ ਵਹਾਬੀ ਮਧਾਣੀ ਕੋਈ ਲਵੇ ਅੱਗ ਕੋਈ ਲਵੇ ਪਾਣੀ ਹੱਥ ਵਿੱਚ ਗਲੇਲ ਕੋਈ ਲਵੇ ਲੂਣ ਕੋਈ ਲਵੇ ਤੇਲ
ਡੈਂ ਡੈਂ ਡੂ ਡੂ ਗਾਂ ਗਾਂ ਗੂ ਗੂ ਕੋਈ ਲੈ ਵੜੇਵਾਂ ਕੋਈ ਲੈ ਰੂੰ ਮੰਜੀ ਉੱਤੇ ਪੀੜੀ ਕੋਈ ਲਵੇ ਸੱਪ ਕੋਈ ਲਵੇ ਕੀੜੀ ਲਾਟੂ ਤੇ ਲਾਟੂ ਲਾਟੂ ਤੇ ਡੋਰ ਕੋਈ ਲੈ ਸਿਪਾਹੀ ਕੋਈ ਲੈ ਚੋਰ ਕਾਨਾ ਕੋਈ ਲਵੇ ਮਾਸੀ ਕੋਈ ਲਵੇ ਮਾਮਾ ਕੋਠੇ ਉੱਤੇ ਕਿੱਲੀ ਕੋਈ ਲੈ ਕੁੱਕੜ ਕੋਈ ਲਵੇ ਲੈ ਬਿੱਲੀ ਖੂਹ ਵਿੱਚ ਮਾਰਿਆ ਰੋੜ ਕੋਈ ਲੈ ਤਿੱਤਰ ਕੋਈ ਲੈ ਮੋਰ ਇਚਣਾ ਬਾਂਟਿਆਂ ਜਾਂ ਗੋਲੀਆਂ ਨਾਲ ਖੇਡੀਆਂ ਜਾਣ ਵਾਲੀਆਂ ਖੇਡਾਂ ਗੋਲੀਆਂ ਦਾ ਫਾਸਲਾ ਮਿਣ ਕੇ ਵਾਰੀ ਮੁਕਰਰ ਕੀਤੀ ਜਾਂਦੀ ਹੈ ਇਸ ਤਰੀਕੇ ਨੂੰ ਇਚਣਾ ਆਖਦੇ ਨੇ ਸਾਰੇ ਖਿਡਾਰੀ ਇੱਕ ਲਕੀਰ ਅੱਡੇ ਉੱਤੇ ਖਲੋ ਕੇ ਭੌਂ ਉੱਤੇ ਖੱਟੀ ਹੋਈ ਹੈ ਖੁੱਤੀ ਵਾਲੇ ਇੱਕ ਇੱਕ ਗੋਲੀ ਸੁੱਟਦੇ ਨੇ ਅਤੇ ਫਿਰ ਹਰ ਕਿਸੇ ਦੀ ਗੋਲੀ ਦਾ ਖੁੱਤੀ ਤੋਂ ਫਾਸਲਾ ਮਿਣਿਆ ਜਾਂਦਾ ਹੈ ਜਿਹਦੀ ਗੋਲੀ ਖੁੱਤੀ ਵਿੱਚ ਜਾਂ ਖੁੱਤੀ ਤੋਂ ਬਹੁਤੀ ਲਾਗੇ ਹੋਵੇ ਉਹਦੀ ਵਾਰੀ ਪਹਿਲੂ ਆਉਂਦੀ ਹੈ ਖੇਡ ਦੀ ਸਲਾਹ ਵਿੱਚ ਵਾਰੀ ਦੇ ਹਿਸਾਬ ਨਾਲ ਖਿਡਾਰੀਆਂ ਦੇ ਨਾਂ ਇੰਝ ਹੁੰਦੇ ਨੇ ਮਿਦੀ ਮੀਰੀ ਅਵਲ ਦੂਲੀ ਦੋਮ ਫਾਡੀ ਸੋਮ ਬਿਤੀਆਂ ਬਿਚੀਆਂ ਪਾਉਣੀਆਂ ਗੁੱਲੀ ਡੰਡੇ ਜਾਂ ਖਿੱਦੂ ਫੱਟੀ ਕਿਸਮ ਦੀਆਂ ਖੇਡਾਂ ਵਿੱਚ ਵਾਰੀ ਬੰਨਣ ਲਈ ਸਾਰੇ ਖਿਡਾਰੀ ਵਾਰੋ ਵਾਰੀ ਬਿਚੀਆਂ ਪਾਉਂਦੇ ਨੇ ਗੁੱਲੀ ਨੂੰ ਨਿੱਕੀਆਂ ਨਿੱਕੀਆਂ ਸੱਟਾਂ ਨਾਲ ਡੰਡੇ ਉੱਤੇ ਸਵਾਰਿਆਂ ਨਚਾਵਣ ਜਾਂ ਫੜਕਾਵਣ ਨੂੰ ਬਿਤੀਆਂ ਪਾਉਣਾ ਜਾਂ ਬਿਚੀਆਂ ਪਾਉਣਾ ਆਖਿਆ ਜਾਂਦਾ ਹੈ ਜਿਨ੍ਹਾਂ ਖਿਡਾਰੀਆਂ ਦੀਆਂ ਬਿਚੀਆਂ ਬਾਹਲੀਆਂ ਹੋਣ ਉਹ ਪੁੱਗ ਜਾਂਦੇ ਨੇ ਅਤੇ ਸਭਨਾ ਤੋਂ ਥੋੜੀਆਂ ਬਿਚੀਆਂ ਵਾਲੇ ਦੇ ਸਿਰ ਮਿਟੀ ਆ ਜਾਂਦੀ ਹੈ ਟਾਸ ਇਸ ਗੱਲ ਦਾ ਫੈਸਲਾ ਕਰਨ ਲਈ ਵੀ ਪਹਿਲੇ ਕਿਹੜਾ ਖਿਡਾਰੀ ਮੀਟ ਦੇਵੇ ਜਾਂ ਕਿਹੜੀ ਟੋਲੀ ਅੱਗੇ ਲੱਗੇ ਟਾਸ ਦਾ ਤਰੀਕਾ ਵਰਤਿਆ ਜਾਂਦਾ ਹੈ ਟਾਸ ਕਰਨ ਲਈ ਕੋਈ ਸਿੱਕਾ ਜਾਂ ਹੋਰ ਸ਼ਾਇ ਲੈ ਕੇ ਦੋਵੇਂ ਟੋਲੀਆਂ ਉਹਦੀ ਸਿੱਧ ਜਾਂ ਪੁੱਠ ਮਲਦੀਆਂ ਨੇ ਫਿਰ ਸਿੱਕੇ ਨੂੰ ਹਵਾ ਵਿੱਚ ਉਛਾਲਿਆ ਜਾਂਦਾ ਹੈ ਜੇ ਜ਼ਮੀਨ 'ਤੇ ਡਿੱਗੇ ਹੋਏ ਸਿੱਕੇ ਦਾ ਸਿੱਧਾ ਪਾਸਾ ਉੱਤੇ ਹੋਵੇ ਤਾਂ ਸਿੱਧਾ ਪਾਸਾ ਮੱਲਣ ਵਾਲੇ ਪੁੱਗ ਜਾਂਦੇ ਨੇ ਅਤੇ ਪੁੱਠੇ ਪਾਸੇ ਵਾਲੇ ਮੀਟ ਦਿੰਦੇ ਨੇ ਕਈ ਵਾਰੀ ਛਿੱਤਰ ਸੁੱਟ ਕੇ ਜਾਂ ਠੀਕਰੀ ਦੇ ਇੱਕ ਪਾਸੇ ਥੁੱਕ ਲਾ ਕੇ ਗਿੱਲ ਸੁੱਕ ਮੱਲਣ ਨਾਲ ਵੀ ਪਹਿਲ ਦੂਜ ਦਾ ਫੈਸਲਾ ਕੀਤਾ ਜਾਂਦਾ ਹੈ।